ਅੱਗਾ ਨੇੜੇ ਆ ਗਿਆ, ਪਿੱਛਾ ਰਹਿ ਗਿਆ ਦੂਰ। ਇਸ ਗੱਲ ਨੂੰ ਸਮਝਦੇ ਆ? ਹਾਂਜੀ ਹੈਂ, ਸਮਝਦੇ ਕਿ ਨਹੀਂ? ਹਾਂਜੀ ਹਾਂਜੀ ਬਈ, ਸਾਰੀ ਉਮਰ ਲੰਘ ਗਈ। ਸਾਰੀ ਅੱਗਾ ਜਿਹੜਾ ਉਹ ਬਹੁਤ ਨੇੜੇ ਆ ਗਿਆ, ਹਾਂਜੀ, ਪਿੱਛਾ ਜਿਹੜਾ ਉਹ ਦੂਰ ਰਹਿ ਗਿਆ। ਉੱਠ ਫਰੀਦਾ ਸੁੱਤਿਆ, ਤੇਰੀ ਦਾੜੀ ਆ ਗਿਆ ਦੂਰ, ਤੇ ਅੱਗਾ ਨੇੜੇ ਆ ਗਿਆ। ਜਿਹੜਾ ਅਗਲਾ ਪਾਸਾ ਨਾ ਉਹ ਨੇੜੇ ਆ ਗਿਆ, ਜਿਹੜਾ ਪਿੱਛਾ ਸੀ ਉਹ ਸਾਰਾ ਦੂਰ ਰਹਿ ਗਿਆ। ਹੁਣ ਅਖੀਰ ਤੇ ਪਹੁੰਚਿਆ ਖੜਾ। ਉਹ ਮੈਂ ਤੁਹਾਨੂੰ ਗੱਲ ਕਰਦਾ, ਹੁਣ ਤੁਸੀਂ ਆਪਦੀ ਕੰਮ ਤਾਂ ਕਰਨਾ, ਤੁਸੀਂ ਆਪਦੀ ਆਪਦੇ ਵਾਸਤੇ ਕੰਮ, ਪਰ ਮਜ਼ਦੂਰੀ ਜ਼ਰੂਰ ਕਰੋ, ਕੰਮ ਜ਼ਰੂਰ ਕਰੋ। ਜਿੰਨਾ ਕੰਮ ਹੁੰਦਾ ਓਨਾ ਕਰੋ। ਵਿਕਾਸ ਬਹਿ ਜਾ, ਝੂਠ ਨਹੀਂ ਬੋਲ, ਗੱਲ ਸੁਣ, ਇੱਧਰ ਬੈਠ ਮੇਰੀ, ਮੈਂ ਤੈਨੂੰ ਗੱਲ ਸੁਣਾਉਣਾ। ਇਹਨੂੰ ਸ਼ਰਾਮੀਆਂ ਸਕੂਲੇ ਪੜ੍ਹਨੇ ਪਾਇਆ ਸੀ ਇਹਨੂੰ, ਉੱਥੇ ਵੀ ਕਰਦੇ ਸੀਗੇ ਬਈ, ਤੇਰਾਂ ਪੜ੍ਹ ਕੇ ਆਇਆ ਤਾ, ਚੌਦਾਂ ਚ ਉਹ ਕੀ ਪੜ੍ਹਦੇ ਹੁੰਦੇ ਆ, ਟਿਵੀਸ਼ਨ ਵੀ ਪੜ੍ਹਨ ਆ ਕੇ ਗਿਆ, ਤੇ ਇਹਨਾਂ ਖੇਡਾਂ ਦਾ ਦੇਖ ਲੈਣਾ। ਉਹ ਬੱਲੇ ਬੱਲੇ ਬਈ, ਉਹ ਜਿਹੜੇ ਖੇਡਦੇ ਆ ਉਹਨਾਂ ਨੂੰ ਇੰਨੇ ਪੈਸੇ ਮਿਲਦੇ ਆ, ਉਹ ਇੰਨੇ ਉਹਨਾਂ ਨੂੰ ਆਮਦਨ ਹੈ। ਫਿਰ ਆਪਣੇ ਸ਼ਹਿਰ ਦੇ ਵਿੱਚੋਂ, ਕੁਮਾਰੀਏ ਦੇ ਵਿੱਚੋਂ ਜਾਂ ਤਹਿਸੀਲ ਦੇ ਵਿੱਚੋਂ ਜਿਹੜਾ ਅੱਗੇ ਲੰਘ ਜਾਵੇ ਇੱਕ ਜਾਂ ਦੋ, ਉਹ ਬਹੁਤ ਆਲਾ ਗਿਣੇ ਜਾਂਦੇ ਆ। ਫਿਰ ਜ਼ਿਲ੍ਹਿਆਂ ਦੇ ਵਿੱਚੋਂ ਚੂਣੇ, ਜ਼ਿਲ੍ਹਿਆਂ ਦੇ ਵਿੱਚੋਂ ਜਿਹੜੇ ਅੱਗੇ ਜਾਣ ਉਹ ਚੁਣੇ ਜਾਣੇ, ਫਿਰ ਸਾਰੇ ਮੁਲਕ ਦੇ ਵਿੱਚੋਂ ਚੋ ਹੋਣੇ, ਫਿਰ ਉਹਨਾਂ ਦਾ ਦੂਜਿਆਂ ਮੁਲਕਾਂ ਨਾਲ ਮੁਕਾਬਲਾ ਹੋਣਾ, ਫਿਰ ਕਦੇ ਹਾਰ ਗਿਆ ਕਦੇ ਜਿੱਤ ਗਿਆ। ਉੱਥੇ ਪਹੁੰਚਣਾ ਕਿਤੇ ਸੌਖਾ ਪਿਆ? ਇਹ ਆਪਣੇ ਪਿੰਡ 'ਚੋਂ ਤਾਂ ਕੋਈ ਕਾਮਯਾਬ ਹੁੰਦਾ ਨਹੀਂ, ਤਾਂ ਖੇਡਾਂ ਉਹ ਐਂ ਟੁਰ ਲਾ ਕੇ ਦੇਖਣਾ, ਤਾਂ ਅਸੀਂ ਵੀ ਉਹਨਾਂ ਦੇ ਨਾਲ ਰਲ ਜਾਈਏ। ਚਾਹੇ ਮਾੜਾ ਮੋਟਾ ਕਿਸੇ ਫਿਰ ਕੰਮ ਕਰਨ, ਕੰਮ ਕਰਕੇ ਕਿਸੇ ਕਿਸੇ ਝਟੀ ਝੱਟ ਹੋਇਆ ਕਿਤੇ ਖੇਡ ਗਿਆ, ਉਹ ਚਲੋ ਆਪਦਾ ਸ਼ੌਂਕ ਪੂਰਾ ਕਰ ਲਿਆ। ਇਹ ਕਿਸੇ ਗੱਲ ਦਾ ਅੰਤ ਨਹੀਂ, ਇਹ ਬਹੁਤ ਦੂਰ ਆ ਮੰਜ਼ਿਲ ਜਿਹੜੀ ਹੈ, ਅੱਗੇ ਅੱਗੇ ਜਾਣਾ। ਹੁਣ ਸਕੂਲ ਦੇ ਵਿੱਚ ਹੁੰਦੇ ਆ, ਪਹਿਲਾਂ ਦੇਖਣਾ ਵੀ ਸਕੂਲ ਦੇ ਵਿੱਚ ਅੱਬਲ ਨੰਬਰ ਕਿਹੜਾ, ਦੋਮ ਜੀ ਜਿਹੜਾ ਆ ਜਾਵੇ ਨਾ, ਉਹ ਸਕੂਲ ਦੇ ਵਿੱਚ ਦੂਜੇ ਦਰਜੇ ਦੇ ਵੀ ਆ ਜਾਵੇ, ਉਹ ਫਖਰ ਸਮਝਦੇ ਆ ਵੀ ਮੈਂ ਚਲੋ ਪਹਿਲੇ ਦੇ ਨਹੀਂ ਤਾਂ ਦੂਜੇ ਦੇ ਤਾਂ ਹੈ। ਫਿਰ ਕਿੰਨੇ ਇਲਾਕੇ ਦੇ ਸਕੂਲ ਹੁੰਦੇ ਆ, ਉਹਨਾਂ ਦੇ ਵਿੱਚੋਂ ਅੱਬਲ ਆਉਣਾ ਕਿਤੇ ਆਸਾਨ ਪਈ ਆ ਗੱਲ? ਉਹਦਾ ਮਿਹਨਤ ਆ, ਦੂਜਾ ਦਿਮਾਗ ਵੀ ਆ। ਇੱਕ ਬੰਦੇ ਨੂੰ ਜੇਲ੍ਹ 'ਚ ਗੱਲ ਰਹਿ ਜਾਂਦੀ ਆ, ਯਾਦ ਰਹਿੰਦੀ ਆ, ਇੱਕ ਨੂੰ ਨਹੀਂ ਰਹਿੰਦੀ, ਉਹ ਕੀ ਕਰੂੰ ਵਿਚਾਰਾ? ਆਪਦੀ ਉਹ ਕੋਸ਼ਿਸ਼ ਕਰੇ, ਜਿੰਨਾ ਕੁ ਕੋਸ਼ਿਸ਼ ਕਰੂੰ ਤਾਂ ਉਹ ਜਾਣੋ ਕੁਛ ਨਾ ਕੁਛ ਉਹ ਕਾਮਯਾਬ ਹੋ ਜਾਂਦਾ। ਚਲੋ ਬਹੁਤਾ ਨਹੀਂ ਹਾਸਲ ਹੋ ਹੀ ਜਾਂਦਾ, ਕੁਛ ਨਾ ਕੁਛ ਯਾਦ ਰੱਖੇ, ਬਹੁਤਾ ਨਹੀਂ ਆਪਦੇ ਗੁਜ਼ਾਰੇ ਮਜ਼ਾਰੇ ਜੋਗਾ ਤਾਂ ਹੋ ਹੀ ਜਾਂਦਾ ਨਾ। ਹਾਂਜੀ, ਬਹੁਤਾ ਤਾਂ ਕਿਆ ਹੋਣਾ ਕਿਤੇ ਸੌਖਾ ਨਹੀਂ। ਉਹ ਮੈਂ ਗੱਲ ਤੁਹਾਨੂੰ ਪਹਿਲਾਂ ਹੀ ਸੁਣਾ ਦਿੱਤੀ ਵੀ ਐਡੀ ਦੂਰ ਪਹੁੰਚਣਾ ਕਿ ਕਿਤੇ ਆਸਾਨ ਪਿਆ। ਪਹਿਲਾਂ ਕੁਮਾਰੀਏ ਸ਼ਹਿਰ 'ਚੋਂ ਨਹੀਂ ਅੱਬਲ ਨੰਬਰ ਆਉਣਾ, ਉਹ ਹੀ ਬੜਾ ਫਖਰ ਵਾਲੀ ਗੱਲ ਆ ਵੀ ਜਿਹੜਾ ਕੁਮਾਰੀਏ ਸ਼ਹਿਰ 'ਚੋਂ ਆ ਜਾਵੇ, ਹਾਂਜੀ, ਉਸ 'ਤੇ ਪਹੁੰਚਣਾ ਕਿਤੇ ਸੌਖਾ ਪਿਆ। ਨਹੀਂ, ਕੰਮ ਕਰਨਾ ਚਾਹੀਦਾ, ਮੇਰਾ ਮਤਲਬ ਹੈ ਵੀ ਕੰਮ ਆਪਦਾ ਹੀਲਾ ਜ਼ਰੂਰ ਕਰੋ, ਤਾਂ ਰੋਜ਼ੀ ਫਿਰ ਉਹ ਹਲਾਲ ਵੀ ਹੁੰਦੀ ਆ ਅਤੇ ਉਹ ਬਰਕਤ ਵੀ ਹੁੰਦੀ ਆ, ਅਤੇ ਬੰਦਾ ਕਾਮਯਾਬ ਵੀ ਤਾਂ ਹੀ ਹੁੰਦਾ ਮਿਹਨਤ ਕੀਤੇ ਆ। ਇਹ ਨਾ ਚਲੋ ਦੂਜੇ ਕੰਮ ਕਰੀ ਜਾਂਦੇ ਆ ਅਤੇ ਅਸੀਂ ਟਾਇਰ ਟੋਲ 'ਤੇ ਬਹੁਤ ਸਾਰ ਲਈਏ। ਮੈਂ ਤੈਨੂੰ ਵੀ ਕਹਿੰਦਾ ਆਹ ਬੰਦਾ ਬੈਠਾ, ਇਹਨੂੰ ਵੀ ਕਹਿੰਦਾ ਆਹ ਬੰਦਾ ਬੈਠਾ ਇਹਨੂੰ, ਇਹ ਤਿੰਨਾਂ ਬੰਦਿਆਂ ਨੂੰ ਮੈਂ ਇੱਕੋ ਵਾਰੀ ਗੱਲ ਸੁਣਾਉਣਾ ਵੀ ਹੀਲਾ ਕਰਿਆ ਕਰੋ, ਹਾਂਜੀ, ਅਤੇ ਵਿਹਲੇ ਨਹੀਂ ਰਹੀਦਾ। ਸਹੀ, ਬਸ ਇੰਨਾ ਕੁ ਇਸ਼ਾਰਾ ਹੁੰਦਾ, ਹਾਂਜੀ, ਦੱਸਣਾ ਕੋਈ ਨਾ ਕੋਈ ਹੀਲਾ। ਮੈਂ ਤੁਹਾਨੂੰ ਪੈਗੰਬਰਾਂ ਦੀ ਮਿਸਾਲ ਦਿੱਤੀ ਵੀ ਉਹ ਵੀ ਕੰਮ ਕਰਦੇ ਸੀ, ਨਾਲੇ ਆਲਾ ਦਰਜੇ ਦੇ ਅੱਲਾ ਤਾਲਾ ਉਹਨਾਂ ਨੂੰ ਅੱਲਾ ਤਾਲਾ ਉਹਨਾਂ ਨੂੰ ਪੈਗਾਮ ਭੇਜਦਾ ਸੀ, ਉਹਨਾਂ ਦਾ ਲੋਕ ਆਰਾਮ ਕਰਦੇ, ਕੰਮ ਉਹ ਵੀ ਕਰਦੇ ਸੀ, ਕੰਮ ਕਰਿਆ ਕਰੋ। ਇਹ ਨਹੀਂ ਚਲੋ ਹੁੰਦਾ ਹੀ ਜਾਂਦਾ, ਕੀ ਕਰਨਾ, ਬਰਕਤ ਪੈਂਦੀ ਆ, ਕੰਮ ਆ ਵੀ ਸਿਹਤ ਵੀ ਸੈੱਟ ਰਹਿੰਦੀ ਆ।
ਮਿਸਾਲ ਆਉਂਦੀ ਹੈ ਨਾ ਤੇ ਉਹ ਸੀਗਾ ਤਕੜਾ ਬਹੁਤ ਤਕੜਾ ਸੀ ਜ਼ੋਰ ਵਾਲਾ ਤੇ ਉਹ ਸੀਗਾ ਚੋਰ ਜ਼ੋਰ ਵਾਲਾ ਵੀ ਬਹੁਤ ਸੀ ਉਹ ਕੱਟੀ ਚੱਕ ਲਿਆ ਕਰੇ ਅਤੇ ਚੱਕ ਕੇ ਤਾਂ ਕਿਸੇ ਦੀ ਫਸਲ ਦੇ ਵਿੱਚ ਛੱਡ ਦਿਆ ਕਰੇ ਉਹ ਕੱਟੀ ਨੇ ਰੱਜ ਲੈਣਾ ਮੁੜ ਕੇ ਕੱਟੀ ਨੂੰ ਚੱਕ ਕੇ ਹੀ ਲੈ ਆਉਣਾ ਕੱਟੀ ਦੀ ਪੈਰ ਨਹੀਂ ਹੋਣ ਲੱਗਣ ਦੇਣੀ ਖੱਤੇ ਦੇ ਰਾਹ ਦੇ ਵਿੱਚ ਅਤੇ ਉਹ ਜਿਵੇਂ ਜਿਵੇਂ ਕੱਟੀ ਵੱਡੀ ਹੁੰਦੀ ਗਈ ਤਿਵੇਂ ਉਹਦੀ ਵਰਜੀ ਸ਼ੁਰੂ ਤਜਰਬਾ ਹੋ ਗਿਆ ਉਹ ਝੂਠੀ ਬਣੀ ਉਹਨੂੰ ਵੀ ਚੱਕਰ ਜਾਇਆ ਕਰੇ ਚੱਕਰ ਜਾ ਕੇ ਨਹੀਂ ਮੁੜ ਕੇ ਚੱਕਦੇ ਚੱਕ ਲਿਓ ਉਹ ਸਿਆਣੇ ਫਿਰ ਕਹਿਣ ਲੱਗੇ ਵੀ ਇਹਨੂੰ ਫੜਨਾ ਦਾ ਤਰੀਕਾ ਕਿਹੜਾ ਸਕੂਰਾ ਪਵੇ ਕੱਕਰ ਪਵੇ ਅਗਰ ਇੱਥੇ ਝੂਲੀ ਲਾ ਦਿਓ ਜਦ ਇਹ ਅੱਗ ਸੇਕੂਗਾ ਨਾ ਤੇ ਇਹ ਕਮਜ਼ੋਰ ਹੋ ਜਾਊ ਜਦ ਅੱਗ ਸੇਕੂ ਅੱਗ ਸੇਕਣੀ ਚਾਹੀਦੀ ਨਹੀਂ ਤੇ ਅੱਗ ਸੇਕੂ ਤੇ ਇਹਨੂੰ ਕਮਜ਼ੋਰ ਹੋ ਜਾਣਾ ਇਹਦੇ ਕੋਲ ਝੋਟੀ ਮੁੜ ਕੇ ਚੱਕ ਕੇ ਨਹੀਂ ਜਾਣੀ ਉਹ ਝੂਲੀ ਲਾ ਤੀ ਉਹ ਅੱਗ ਸੇਕ ਲਾ ਰਿਹਾ ਅਤੇ ਅੱਗ ਦੇ ਨਾਲ ਤਾਂ ਖੂਨ ਸੜਨਾ ਹੀ ਸੜਨਾ ਹਾਂਜੀ ਉਹ ਕਮਜ਼ੋਰ ਹੋ ਗਿਆ ਉਹ ਝੋਟੀ ਨੇ ਚੱਕਿਆ ਕਈ ਗੱਲਾਂ ਹੁੰਦੀਆਂ ਸਿਹਤ ਵਾਸਤੇ ਜਿਹੜਾ ਹੈ ਨਾ ਵਰਜਿਸ਼ ਕਰਨੀ ਇਹ ਬੰਦੇ ਦੀ ਸਿਹਤ ਵਾਸਤੇ ਚੰਗੀ ਕੰਮ ਜ਼ੋਰ ਦਾ ਕਰਨਾ ਜਿਹੜਾ ਹਾਂਜੀ ਮੈਂ ਇੰਜਣ 'ਤੇ ਰਿਹਾ 2 ਸਾਲ ਉੱਥੇ ਇੰਜਣ 'ਤੇ ਨਿਗਰਾਨੀ ਰੱਖਣੀ ਸੀ ਇਹਨਾਂ ਦੀ ਹੁਣ ਸੀਗਾ ਮੈਂ 20 ਸਾਲ ਦਾ ਉਦੋਂ ਨਿਗਰਾਨੀ ਰੱਖਣੀ ਸੀ ਉੱਥੇ ਗਰਾਊਂਡ ਸੀ ਗਰਾਊਂਡ ਸੀਗਾ ਮੁਰੱਬੇ ਦਾ ਉਹ ਮੈਂ ਸਵੇਰ ਨੂੰ ਉਹ ਬੰਦਾ ਬੈਠਾ ਹੀ ਉਹ ਹੀ ਜੁੜ ਜਾਂਦਾ ਜਿਹੜਾ ਵਿਹਲਾ ਰਵੇ ਅਤੇ ਉਹ ਬੰਦੇ ਦਾ ਹੱਥ ਪੈਰ ਜਿਹੜੇ ਉਹ ਕੰਮ ਕਰਨ ਨੂੰ ਹਟ ਜਾਂਦੇ ਆ ਅਤੇ ਉਹ ਫਿਰ ਮੈਂ ਫਿਰ ਇਹੀ ਮੈਂ ਕਿਹਾ ਵੀ ਚਲ ਇੱਕ ਗੇੜਾ ਉਹ ਉਹ ਭੱਜ ਕੇ ਉਹਦੇ ਦਾੜੇ ਦਾੜੇ ਕੱਢਿਆ ਹੋਣਾ ਸਵੇਰ ਨੂੰ ਕਰਕੇ ਨਮਾਜ਼ ਵੇਲੇ ਉਹ ਗਰਾਊਂਡ ਦੇ ਦਾੜੇ ਦਾੜੇ ਗੇੜਾ ਉਹ ਜਾਣੇ 4 ਮਰਬੇ ਬਣ ਜਾਣੇ ਕਿਉਂ ਪਾਸੇ ਜਿੱਦਾਂ ਗੇੜਾ ਕੱਢਿਆ ਨਾ 4 ਮਰਬੇ ਹੌਲਾ ਪੋਲ ਲੜਕਾ ਹੋ ਜਾਣਾ ਚਾਹੀਦੀ ਉਹ ਫਿਰ ਜਦ ਨਹੀਂ ਸੀ ਭੱਜਣ ਦਾ ਕੰਮ ਨਿਗਰਾਨੀ ਰੱਖਣ ਦਾ ਸੀ ਇੰਜਣ 'ਤੇ ਫਿਰ ਵੀ ਮੈਂ ਕਿਹਾ ਵੀ ਇਹ ਜਿਹੜੀ ਸਿਹਤ ਹੈ ਇਹ ਠੀਕ ਰਹਿੰਦੀ ਹੈ ਹਾਂਜੀ ਇੱਕ ਵਾਰੀ ਬੰਦਾ ਭੱਜ ਲਵੇ ਜਾਂ ਜ਼ੋਰ ਦਾ ਕੰਮ ਕਰ ਲਵੇ ਅਤੇ ਉਹ ਪਸੀਨਾ ਆ ਜਾਵੇ ਜਿਸਮ ਸਾਰਾ ਹੌਲਾ ਹੋ ਜਾਂਦਾ ਫਿਰ ਦਿਮਾਗ ਵੀ ਸਹੀ ਹੋ ਜਾਂਦਾ ਬੰਦੇ ਦਾ ਜਿਸਮ ਵੀ ਸਹੀ ਹੋ ਜਾਂਦਾ ਹੈ ਇਹ ਮੈਂ ਤੁਹਾਨੂੰ ਤਿੰਨਾਂ ਨੂੰ ਇਸੇ ਤੋਂ ਸੱਜਿਆ ਸੀ ਕੰਮ ਨਾਲ ਤਵੱਜੋ ਘੱਟ ਕਰਦੇ ਹਾਂ ਕਿ ਕੰਮ ਨਾਲ ਤਵੱਜੋ ਕਰਿਆ ਕਰੋ ਕਰਦੇ ਕਰਦੇ ਕਾਮਯਾਬ ਹੋਵੋ ਕੰਮ ਦੇ ਉੱਤੇ ਹਾਂਜੀ ਹਾਂ ਇੱਦਾਂ ਨਿਰੀ ਨਾ ਹਾਂਜੀ ਕਹਿ ਦਿਓ ਤਾਂ ਨਹੀਂ ਕਰਿਆ ਕਰਾਂਗੇ ਹੁਣ ਹਾਂ ਕੰਮ ਕਰਿਆ ਕਰੋ ਹਾਂ ਇਹਦਾ ਭਾਈ ਨੁਆਨ ਆ ਉਹ ਕਰਦਾ ਉਹ ਕਿਸੇ ਨਾ ਕਿਸੇ ਹੀਰੇ ਦੇ ਘਰ ਮੈਨੂੰ ਕਿਉਂ ਚੰਗਾ ਲੱਗਦਾ ਉਹ ਜਿਹੜਾ ਕੰਮ ਕਰਦਾ ਨਾ ਉਹ ਆਪੇ ਸ਼ੌਂਕ ਨਾਲ ਕਰਦਾ ਤੇ ਇਹ 3 ਬੰਦੇ ਜਿਹੜੇ ਆ ਇਹ ਨਹੀਂ ਕਿ ਮੈਂ ਕੰਮ ਕਰਦਾ ਜੀ ਹੈ ਮੈਂ ਇਹਨਾਂ ਤੋਂ ਤਰੀ ਗਿਆ ਮੈਨੂੰ ਕਿਹੜਾ ਡਰ ਪਿਆ ਇਹਨਾਂ ਦੀ ਧਮਕ ਹੈ ਇਹ 3 ਬੰਦੇ ਮੈਂ ਨਹੀਂ ਕੰਮ ਕਰਦੇ ਦੇ ਕੇ ਉਹ ਜੇ ਕਹੀ ਦਾ ਤਾਂ ਪੜ੍ਹਨ ਨੂੰ ਹੋ ਜਾ ਕਰ ਕੇ ਪੜ੍ਹਨ ਹੋ ਜਾਂਦੇ ਇਹਨਾਂ ਦੋਵਾਂ ਚੋਂ ਕਿਹੜਾ ਕਰ ਲੈਣਾ ਆਹ ਨਹੀਂ ਨਹੀਂ ਮੈਂ ਬੈਠਾ ਦੇਖਦਾ ਹਮੇਸ਼ਾ ਚੱਲਦਾ ਜਾ ਉਹ ਜ਼ਮੀਨ ਦੇ ਤਾਂ ਹੈਗੇ ਕਿੱਲਾ ਕਿੱਲਾ ਡੂਡ ਡੂਡ ਕਿੱਲਾ ਆਉਣਾ ਹਾਂਜੀ ਅਤੇ ਉਹਦੇ 'ਤੇ ਗੁਜ਼ਾਰਾ ਨਹੀਂ ਹੁੰਦਾ ਬੈਠਿਆਂ ਫੀਲਾ ਕਰਨਗੇ ਉਹਦੇ ਫਿਰ ਹੀ ਕਮਾ ਕੇ ਖਾ ਹੋਈ